ਮੁੱਦੇ ਵਧਾਂਗੇ ਸਿੱਧੂ ਤੇ ਸਰਕਾਰ ਦੇ ਵੱਲ। ਆਹਮੋ ਸਾਹਮਣੇ ਸਿੱਧੂ ਅਤੇ ਸਰਕਾਰ ਹੈ, ਇਹਨਾਂ ਦਾ ਕਲੇਸ਼ ਜਿਹੜਾ ਉਹ ਕਾਫੀ ਜ਼ਿਆਦਾ ਵਾਧਾ ਨਜ਼ਰ ਆ ਰਿਹਾ। ਪੰਜਾਬ ਕਾਂਗਰਸ ਦਾ ਕਲੇਸ਼ ਕਾਫੀ ਵੱਧ ਸਕਦਾ ਹੈ। ਕੈਪਟਨ ਦੇ ਖਿਲਾਫ ਸਿੱਧੂ ਨੇ ਆਪਣੀ ਭੜਾਸ ਕੱਢੀ ਹੈ, ਕੱਲ੍ਹ ਦੀ ਮੀਟਿੰਗ ਦੇ ਵਿੱਚ ਵੀ ਸ਼ਾਮਿਲ ਨਹੀਂ ਹੋਏ ਸਨ ਸਿੱਧੂ। ਦੱਸ ਦਈਏ ਕਿ ਨਵਜੋਤ ਸਿੱਧੂ ਨੇ ਆਖਿਆ ਕਿ ਉਹਨਾਂ ਦੇ ਸਿਰ ਠੀਕਰਾ ਭੰਨਾ ਹਾਰ ਦਾ ਉਹ ਚੰਗੀ ਗੱਲ ਨਹੀਂ ਹੈ, ਕਿਉਂਕਿ ਜਿਹੜੀ ਕਾਰਗੁਜ਼ਾਰੀ ਹੈ ਉਹਨਾਂ ਦੀ ਬਹੁਤ ਵਧੀਆ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ। ਵੱਡੇ ਵੱਡੇ ਦਾਅਵੇ ਕਾਨਫਰੰਸ ਦੇ ਵਿੱਚ ਨਵਜੋਤ ਸਿੱਧੂ ਵੱਲੋਂ ਕੀਤੇ ਗਏ। ਉਹਨਾਂ ਕਿਹਾ ਕਿ ਜਿਹੜੀ ਹਾਰ ਦਾ ਠੀਕਰਾ ਹੈ ਸਰਕਾਰ ਮੇਰੇ ਸਿਰ ਭੰਨ ਰਹੀ ਹੈ ਉਹ ਸਰਾਸਰ ਗਲਤ ਹੈ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਲੰਬੀ ਤੋਂ ਚੋਣ ਹਾਰੇ ਸਨ ਤਾਂ ਉਸ ਵੇਲੇ ਮੈਂ ਬਠਿੰਡਾ ਦੇ ਵਿੱਚ ਜਾ ਕੇ ਕੋਈ ਬਿਆਨ ਨਹੀਂ ਦਿੱਤਾ ਸੀ। ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਸਿੱਧੂ ਨੇ ਕੀਤੀਆਂ ਨੇ। ਦੱਸ ਦਈਏ ਕਿ ਕੈਪਟਨ ਦੇ ਮੰਤਰੀ ਵੱਖੋ ਵੱਖ ਉਹਨਾਂ ਦੇ ਖਿਲਾਫ਼ ਬਿਆਨ ਦੇ ਚੁੱਕੇ ਨੇ, ਫਿਰ ਭਾਵੇਂ ਗੱਲ ਧਰਮਸੋਤ ਦੀ ਕੀਤੀ ਜਾਵੇ, ਫਿਰ ਭਾਵੇਂ ਗੱਲ ਬੜਾ ਮਹਿੰਦਰਾ ਦੀ ਕੀਤੀ ਜਾਵੇ ਅਤੇ ਫਿਰ ਭਾਵੇਂ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਖੁਦ ਦੀ ਕੀਤੀ ਜਾਵੇ। ਉਹਨਾਂ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਦੀ ਨਜ਼ਰ ਸਿੱਧੇ ਤੌਰ 'ਤੇ ਮੇਰੀ ਕੁਰਸੀ 'ਤੇ ਹੈ, ਇਸ ਲਈ ਸ਼ਾਇਦ ਉਹਨਾਂ ਦੀ ਜਿਹੜੀ ਬਗਾਵਤ ਉਹ ਖੁੱਲ੍ਹ ਕੇ ਸਾਹਮਣੇ ਆਈ। ਔਰ 19 ਮਈ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕੜਾ ਬਿਆਨ ਦਿੱਤਾ ਸੀਗਾ, ਜਿਸ ਤੋਂ ਬਾਅਦ ਕਈ ਜ਼ਿਆਦਾ ਜਿਹੜੇ ਬਵਾਲ ਨੇ ਉਹ ਵਧੇ, ਉਸ ਤੋਂ ਬਾਅਦ ਮੰਤਰੀਆਂ ਨੇ ਵੀ ਆਪਣੀ ਗੱਲ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਹੁਣ ਨਵਜੋਤ ਸਿੱਧੂ ਨੇ ਸਾਫ਼ ਤੌਰ 'ਤੇ ਕਿਹਾ ਕਿ ਉਹਨਾਂ ਦੇ ਸਿਰ ਹਾਰ ਦਾ ਠੀਕਰਾ ਨਾ ਭੰਨਿਆ ਜਾਵੇ। ਪਰ ਦੱਸ ਦਈਏ ਕਿ ਵਿਪੱਖ ਬਹੁਤ ਵਾਰ ਕਹਿੰਦਾ ਹੈ ਕਿ ਨਵਜੋਤ ਸਿੱਧੂ ਜਿਹੜੇ ਨੇ ਉਹ ਕਿਸੇ ਵੀ ਪਾਰਟੀ 'ਚ ਨਹੀਂ ਰਹਿ ਸਕਦੇ, ਕਿਉਂਕਿ ਉਹਨਾਂ ਨੂੰ ਬਗਾਵਤ ਕਰਨ ਦੀ ਇੱਕ ਆਦਤ ਬਣ ਚੁੱਕੀ ਹੈ। ਕੁਰਸੀ ਦੇ ਭੁੱਖੇ ਨੇ ਨਵਜੋਤ ਸਿੰਘ ਸਿੱਧੂ ਇਹ ਕਿਹਾ ਸੀ ਕਿ ਭਾਈ ਜਿਹੜੇ ਮੰਤਰੀ ਲੂਜ਼ ਕਰਨਗੇ ਅਤੇ ਉਹਦੇ 'ਚ ਮੈਂ ਤਾਂ ਕਦੇ ਉਹਦੇ 'ਚ ਕੋਈ ਟਿੱਪਣੀ ਨਹੀਂ ਦਿੱਤੀ। ਮੇਰਾ ਹਲਕਾ 11,000 ਬਈ ਇਹ CM ਸਾਹਿਬ ਆਪ ਦੱਸ ਸਕਦੇ, ਮੇਰੇ ਵੱਡੇ ਨੇ, ਜੋ ਉਹਨਾਂ ਦਾ ਫੈਸਲਾ ਉਹਨਾਂ ਨਾਲ ਕਰਾਂਗੇ। ਨਹੀਂ, ਮੇਰੇ ਬਿਨਾਂ ਪੁੱਛੇ ਦੀ ਗੱਲ ਨਹੀਂ, ਉਹਨਾਂ ਨੇ ਸੋਚਿਆ ਵੀ ਉਹਨੂੰ ਪੁੱਛਣ ਦੀ ਲੋੜ ਨਹੀਂ ਗੱਲ, ਠੀਕ ਹੈ। ਦੇਖੋ ਭਾਈ, ਸਿੱਧੂ ਇਜ਼ ਸਮਵਨ ਹੂ ਇਜ਼ ਪਲੇਡ ਆਲਮੋਸਟ 20 ਈਅਰਸ ਆਫ ਇੰਟਰਨੈਸ਼ਨਲ ਕ੍ਰਿਕਟ, ਦੈਟ ਇਜ਼ ਹੂ ਸਿੱਧੂ ਇਜ਼, ਨੰਬਰ 1। ਨੰਬਰ 2, ਸਿੱਧੂ ਇਜ਼ ਸਮਵਨ ਹੂਸ ਐਕਚੁਅਲੀ ਡਨ ਆਲਮੋਸਟ 20 ਈਅਰਸ ਆਫ ਟੈਲੀਵਿਜ਼ਨ, ਇਨਨਿਊਮਰੇਬਲ ਮੋਟੀਵੇਸ਼ਨਲ ਸ਼ੋਅਸ, ਹੀ ਇਜ਼ ਅ 4-time MP ਐਂਡ ਇਜ਼ ਅ ਮਿਨਿਸਟਰ ਇਨ ਦੀ ਪੰਜਾਬ ਗਵਰਨਮੈਂਟ, ਦੈਟ ਇਜ਼ ਹੂ ਸਿੱਧੂ ਇਜ਼, ਦਾ ਪਿਛਾ ਪੱਟੀਆਂ ਦਾ ਪਿਛਾ। ਮੈਂ ਬਿਲਕੁਲ ਨਹੀਂ ਸੀਨੀਅਰ, ਮੈਂ ਕਦੇ ਕਿਹਾ ਵੀ ਮੈਂ ਸੀਨੀਅਰ ਹਾਂ, ਮੈਂ ਕਦੇ ਕਦੇ ਨਹੀਂ ਕਿਹਾ। ਸਰ ਇਹ ਤੇ ਉਹਨਾਂ ਦੇ ਉੱਤੇ ਹੈ, ਸ਼ਤਰੰਜ ਦੀ ਵਿਸਾਦ ਵਿਛੀ ਹੋਵੇ ਤੇ ਪਿਆਦਾ ਆਪਣੀ ਔਕਾਤ ਭੁੱਲ ਜੇ, ਕਾਕਾ ਕੁਛ ਲੈ ਜਾਂਦਾ।